हमारे लिए आज की अंजीलें मुक़दस मुक़दस योहना की अंजील उसका पंद्रह बाप नौ से ग्यारह आयात जैसे बाप ने मुझे प्यार किया है वैसे ही मैंने तुम्हें प्यार किया है तुम मेरे प्यार में कायम रहो अगर तुम मेरे हुक्मों पर अमल करोगे तो मेरे प्यार में कायम रहोगे जिस तरह मैंने अपने बाप के हुक्मों परमल किया है और उसके प्यार में कायम हो मैंने ये बातें इसलिए तुमसे कहीं कि मेरी खुशी तुम में हो और तुम्हारी खुशी कामिल हो जाए पाकलाम का पढ़ा और सुना जाना हम सब के लिए बायस बरकत हो खुद मसी खुदाउन मेरे अजीज आज जैसी मोरखा छ मई बरोज़ जुमेरात दलावत गौर करांगे। आज की पहली तलावत रसूलों के अमाल के लिए गई है ਜਿਦੇ ਵਿੱਚ ਅਸੀਂ ਖੁਦਾਮ ਯਿਸੂ ਮਸੀਹ ਦੇ ਰਸੂਲਾਂ ਦਾ ਜ਼ਿਕਰ ਸੁਣਾਗੇ ਖੁਦਾਮ ਯਿਸੂ ਮਸੀਹ ਦੇ ਜੀ ਉਠਣ ਤੋਂ ਬਾਅਦ ਖੁਦਾਮ ਯਿਸੂ ਮਸੀਹ ਦੇ شاਗਿਰਦਾਂ ਨੇ ਯਿਸੂ ਮਸੀਹ ਦੇ ਜੀ ਉਠਣ ਦੀ ਖੁਸ਼ਖਬਰੀ ਦੇਣਾ ਸ਼ੁਰੂ ਕੀਤੀ ਮੁਨਾਦੀ ਕਰਨਾ ਸ਼ੁਰੂ ਕੀਤੀ ਤੇ ਬਹੁਤ ਸਾਰੇ ਲੋਕ ਇਨ੍ਹਾਂ ਸ਼ਾਗਿਰਦਾਂ ਦੀ ਮੁਨਾਦੀ ਸੁਣ ਕੇ ਇਨ੍ਹਾਂ ਦੀ ਤਬਲੀਗ ਸੁਣ ਕੇ ਕਲਿਸ਼ੀਆ ਦੇ ਵਿੱਚ ਸ਼ਾਮਲ ਹੋਣਾ ਸ਼ੁਰੂ ਹੋ ਗਏ ਬਹੁਤ ਸਾਰੇ ਲੋਕਾਂ ਨੇ ਯਿਸੂ ਮਸੀਹ ਨੂੰ ਅਪਣਾਨ ਦੀ ਕੋਸ਼ਿਸ਼ ਕੀਤੀ ਇਸ ਮਸੀਹ ਦੇ شاਗਿਰਦਾਂ ਦੇ ਵਿੱਚ ਸ਼ਾਮਿਲ ਹੋਣਾ ਚਾਇਆ ਪਰ ਜਦੋਂ ਖੁਦਾ ਹਮ ਯੂਸੂ ਮਸੀਹ ਦੇ ਸ਼ਾਗਿਰਦਾਂ ਨੇ ਇਹ ਵੇਖਿਆ ਕਿ ਬਹੁਤ ਸਾਰੇ ਲੋਕ ਗੈਰ ਕੋਮਾਂ ਦੇ ਵਿੱਚੋਂ ਗੈਰ ਯਹੂਦੀਆਂ ਦੇ ਵਿੱਚੋਂ ਆਣਾ ਸ਼ੁਰੂ ਹੋ ਗਏ ਤਾਂ ਉਹਨਾਂ ਨੇ ਬਹੁਤ ਸਾਰੇ ਕਾਇਦੇ ਕਾਨੂੰਨ ਬਣਾਉਣੇ ਸ਼ੁਰੂ ਕਰ ਦਿੱਤੇ ਤੇ ਅੱਜ ਦੀ ਪਹਿਲੀ ਤਲਾਵਤ ਰਸੂਲਾਂ ਦੇ ਅਮਾਲ ਦੇ ਵਿੱਚੋਂ ਅਸੀਂ ਸੁਣਿਆ ਕਿ ਜਦੋਂ ਬਹੁਤ ਸਾਰੇ ਲੋਕ ਬਹੁਤ ਸਾਰੇ ਸ਼ਾਗਿਰਦ ਯਿਸੂ ਦੀ ਜਮਾਤ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ ਤੇ ਰਸੂਲਾਂ ਨੇ ਬਹੁਤ ਸਾਰੇ ਕਾਨੂੰਨ ਸਖਤ ਬਣਾ ਦਿੱਤੇ ਤੇ ਉਹਨਾਂ ਦੇ ਗੱਲ ਕਰਦੇ ਹੋਏ ਅੱਜ ਮੁਕੱਦਸ ਪੱਤਰਸ ਫਰਮਾਉਂਦੇ ਨੇ ਕਿ ਤੁਸੀਂ ਬਹੁਤ ਸਖਤ ਕਾਨੂੰਨ ਬਣਾ ਦਿੱਤੇ ਨੇ ਤੁਸੀਂ ਕਿਉਂ ਖੁਦਾ ਨੂੰ ਅਸਮਾਨਾ ਚਾਹੁੰਦੇ ਹੋ ਉਹ ਲੋਕ ਜਿਹੜੇ ਸੱਚਾਈ ਤੇ ਇਮਾਨ ਦੇ ਨਾਲ ਯਿਸੂ ਮਸੀਹ ਦੀ ਜਮਾਤ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਉਨਾਂ ਤੇ ਇੰਨੀ ਸਖਤੀ ਕਿਉਂ ਕਰਦੇ ਹੋ ਉਹ ਕਾਨੂੰਨ ਜਿਹੜੇ ਨਾ ਅਸੀਂ ਤੇ ਨਾ ਸਾਡੇ ਅਬਾਓ ਇਜਦਾਦ ਹੀ ਉਠਾ ਸਕਦੇ ਸਨ ਉਹ ਕਾਨੂੰਨ ਤੁਸੀਂ ਇਨਾਂ ਲੋਕਾਂ ਤੇ ਕਿਉਂ ਬਣਾਉਂਦੇ ਹੋ ਕਿਉਂ ਲਗਾਉਂਦੇ ਹੋ ਤੇ ਮੁਕद्दਸ ਪਤਰਸ ਫਰਮਾਂਦੇ ਨੇ ਕਿ ਖੁਦਾ ਨੇ ਇਨਾਂ ਨੂੰ ਵੀ ਜੁੜਿਆ ਹੈ ਇਨਾਂ ਨੂੰ ਹੀ ਹਿਦਾਇਤ ਤੇ ਰਹਿਨਮਾਈ ਕੀਤੀ ਹੈ ਤਾਂ ਜੋ ਯਿਸੂ ਮਸੀਹ ਦੇ ਉਤੇ ایمان ਲੈ ਕੇ ਆਣ ਇਸ ਲਈ ਖੁਦਾ ਦਾ ਫਜ਼ਲ ਇਨਾਂ ਤੇ ਵੀ ਓਨਾ ਹੀ ਹੈ ਜਿੰਨਾ ਸਾਡੇ ਤੇ ਵੀ ਅੱਜ ਦੀ ਅੰਜਲੀ ਮੁਕੱਦਸ ਦੇ ਵਿੱਚ ਖੁਦਾ ਹਮ ਯੂਸੂਸ ਮਸੀਹ ਫਰਮਾਉਂਦੇ ਨੇ ਕਿ ਅਗਰ ਕੋਈ ਮੇਰੇ ਹੁਕਮਾਂ ਤੇ ਅਮਲ ਕਰਦਾ ਏ ਤੇ ਉਹ ਮੇਰੇ ਪਿਆਰ ਦੇ ਵਿੱਚ ਕਾਇਮ ਰਹਿੰਦਾ ਏ ਜਿਸ ਤਰ੍ਹਾਂ ਮੈਂ ਆਪਣੇ ਬਾਪ ਦੇ ਹੁਕਮਾਂ ਤੇ ਅਮਲ ਕੀਤਾ ਤੇ ਉਹਦੇ ਪਿਆਰ 'ਚ ਕਾਇਮ ਆ ਇਸੇ ਤਰ੍ਹਾਂ ਜਿਹੜਾ ਕੋਈ ਵੀ ਮੇਰੇ ਨਾਲ ਪਿਆਰ ਕਰਦਾ ਏ ਉਹ ਮੇਰੇ ਹੁਕਮਾਂ ਤੇ ਅਮਲ ਕਰੇ मेरे जिसो आज खुदा दा कलाम सानू एक दफ़ा फिर दावत दे रहा है कैसी खुदा दे ते अमल करिए खुदा यसु हुक्म बहुत भारी नहीं बहुत बहुत वजनी नहीं बल्कि बहुत छोटे छोटे खुदा यसु मछि हुक्म ने जोड़े हर रोज़ असी ए, मनने ने असी उनाते अमल करना है खुदा यसु मछ ने बहुत छोटे छोटे काम करके सू दर्श दिता कि असी भी जिंदगी दे वो ही काम कर सकी खुदा यसु मसीह ने सूँ प्यार कराफ कबूल कर एक दूजे के न बेहतर तौर पर रहन का हुक्म दिता है खुदा यसु मसीह ने सब तो अजीम हुक्म सू दिता है कि असी एक दूजे के नाल प्यार करिए असी खुदा दे नाल प्यार करिए खुदा मखलूक के प्यार करिए आओ अज अ खुदा दिते हुए हुक्म अमल करके अपनी जिंदगी दे विच अपने निजात दिंदा खुदा यीशु मसीह अना प्यार विखा दीए उदास सू सार अज के कलाम दे मुताबिक अपने हुक्म अमल कर तफीकता करे तो जिस तरह यीशु मसीह प्यार दे जरिए अपने बाप दे अभी भी खुदा युसु मसीह अपना प्यार दिखाई ਤੇ ਖੁਦਾ ਦੀ ਹੁਕਮਾਂ ਤੇ ਅਮਲ ਕਰੀਏ ਖੁਦਾ ਤਨ ਸਾਰਿਆਂ ਨੂੰ ਬਹੁਤ ਜ਼ਿਆਦਾ ਬਰਕਤ ਦੇ ਆਮੀਨ